ਅਕਸਰ ਤੁਸੀਂ ਲਗਾਤਾਰ ਅਜਿਹੇ ਕੈਂਪ ਲਗਾਉਂਦੇ ਰਹਿੰਦੇ ਹੋ, ਅੱਜ ਵੀ ਤੁਸੀਂ ਜਿਹੜਾ ਕੈਂਪ ਲਗਾਇਆ ਹੈ ਨਸ਼ਿਆਂ ਨੂੰ ਲੈ ਕੇ, ਅੰਤਰਰਾਸ਼ਟਰੀ ਨਸ਼ਾ ਦਿਵਸ ਵੀ ਹੈ ਕੀ? ਨਸ਼ਾ ਵੇਚਣ ਵਾਲਿਆਂ ਨੇ ਇਹ ਨਹੀਂ ਸੋਚਣਾ, ਇਹ ਨਹੀਂ ਸੋਚ ਰਿਹਾ ਵੀ ਬੱਚਿਆਂ ਦਾ ਨੁਕਸਾਨ ਹੋ ਰਿਹਾ, ਉਹ ਪੈਸੇ ਨੂੰ ਰੁਪਏ। ਮੈਂ ਉਹਨਾਂ ਨੂੰ ਕਹੂੰਗਾ ਵੀ ਇਹ ਤੁਹਾਡੇ ਕੋਲ ਵੀ ਕੁਛ ਨਹੀਂ ਲੈਣਾ, ਜੇ ਤੁਸੀਂ ਕਿਸੇ ਦਾ ਘਰ ਉਜਾੜਦੇ ਹੋ ਤੁਹਾਡਾ ਵੀ ਉਜੜਨਾ, ਤੁਹਾਡੇ ਘਰ ਕਿਸੇ ਨੇ ਅਫਸੋਸ ਕਰਨ ਵੀ ਨਹੀਂ ਆਉਣਾ। ਤੁਸੀਂ ਸਾਡੇ ਨਾਲ ਕੰਟੈਕਟ ਕਰੋ, ਪੁਲਿਸ ਨਾਲ ਕੰਟੈਕਟ ਕਰੋ, ਸਾਡੇ ਕੋਲ ਸਿਵਲ ਹਸਪਤਾਲ ਸਮਰਾਲੇ ਦੇ ਵਿੱਚ ਨਵਜੀਵਨ ਕੇਂਦਰ ਖੋਲ੍ਹਿਆ ਹੋਇਆ, ਜਿਹਦੇ ਵਿੱਚ ਜਿਹੜਾ ਬੱਚਾ ਕੋਈ ਨਸ਼ਾ ਕਰਦਾ ਅਸੀਂ ਉਹਨੂੰ ਉੱਥੇ ਰੱਖਦੇ ਹਾਂ, ਉੱਥੇ ਰੱਖ ਕੇ ਉਹਦਾ ਫ੍ਰੀ ਇਲਾਜ ਕਰਦੇ ਹਾਂ, ਉਹਨੂੰ ਦੁੱਧ ਫਰੂਟ ਰੋਟੀ ਰਿਹਾਇਸ਼ ਸਭ ਕੁਝ ਫ੍ਰੀ ਆ, ਕਾਉਂਸਲਿੰਗ 3 ਟਾਈਮ ਹੁੰਦੀ ਆ। ਜੇਕਰ ਬੱਚਾ ਆਪ ਨਸ਼ੇ ਤੋਂ ਦੂਰ ਹੋਊਗਾ ਜਾਂ ਤਾਂ ਹੀ ਉਹ ਬੱਚੇ ਨੂੰ ਆਪਣੇ ਪੇਰੈਂਟਸ ਨੂੰ ਜਾਂ ਕਿਸੇ ਹੋਰ ਨੂੰ ਦੂਰ ਆਉਣ ਲਈ ਪ੍ਰੇਰਿਤ ਕਰ ਸਕਦਾ, ਇਸ ਲਈ ਅਸੀਂ ਇਸ ਪ੍ਰੋਗਰਾਮ ਵਿੱਚ ਸਭ ਤੋਂ ਜ਼ਿਆਦਾ ਜ਼ੋਰ ਨਸ਼ੇ 'ਤੇ ਦਿੱਤਾ ਹੈ ਅਤੇ ਬੱਚਿਆਂ ਨੂੰ ਹਦਾਇਤ ਕੀਤੀ ਹੈ ਕਿ ਆਉਣ ਵਾਲਾ ਭਵਿੱਖ ਉਹਨਾਂ ਦਾ ਤਾਂ ਹੀ ਉਜਵਲ ਹੋ ਸਕਦਾ ਜੇਕਰ ਉਹ ਨਸ਼ੇ ਤੋਂ ਦੂਰ ਰਹਿਣ। ਔਰ ਇੱਥੇ ਜਿੰਨੇ ਵੀ ਸਾਡੇ ਬੱਚੇ ਸੀ ਅਸੀਂ ਉਹਨਾਂ ਨੂੰ ਇਹ ਪ੍ਰਣ ਵੀ ਦਵਾਇਆ ਹੈ ਕਿ ਕਦੇ ਆਪ ਨਸ਼ਾ ਨਹੀਂ ਕਰਨਾ, ਔਰ ਜੇਕਰ ਕੋਈ ਨਸ਼ੇ ਵਾਲਾ ਕੋਈ ਲੱਗਦਾ ਹੈ, ਕੋਈ ਭੈਣ ਭਰਾ ਗੁਆਂਢੀ ਸਾਡਾ ਉਹਦੇ ਵਿੱਚ ਗਲਤਾਨ ਹੋ ਚੁੱਕਿਆ, ਤਾਂ ਉਹਨੂੰ ਮੁੱਖ ਧਾਰਾ ਦੇ ਵਿੱਚ ਪਿਆਰ ਨਾਲ ਕਾਉਂਸਲਿੰਗ ਕਰਕੇ ਕਿਵੇਂ ਲਿਆਇਆ ਜਾਵੇ। ਸਤਿ ਸ਼੍ਰੀ ਅਕਾਲ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ। ਅੱਜ ਜੇ ਗੱਲ ਕਰੀਏ 26 ਜੂਨ ਦੀ, ਤਾਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਵਜੋਂ ਇਹ ਦਿਨ ਜਿਹੜਾ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ, ਜਿਸ ਨੂੰ ਲੈ ਕੇ ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ ਅਤੇ ਉਹਨਾਂ ਦੇ ਨਾਲ ਟ੍ਰੈਫਿਕ ਇੰਚਾਰਜ ਪੁਲਿਸ ਜ਼ਿਲ੍ਹਾ ਖੰਨਾ ਅਤੇ ਨਾਲ ਪੁਲਿਸ ਸਾਂਝ ਕੇਂਦਰ ਖੰਨਾ ਦੇ ਵੱਲੋਂ ਨਸ਼ਿਆਂ ਨੂੰ ਲੈ ਕੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਨਸ਼ਿਆਂ ਦੇ ਮਾੜੇ ਪ੍ਰਭਾਵ ਦੱਸੇ ਗਏ ਉਹਦੇ ਵਿੱਚ ਕਿ ਨਸ਼ਿਆਂ ਦੇ ਕੀ ਪ੍ਰਭਾਵ ਨੇ, ਨਸ਼ੇ ਦੇ ਕੀ ਨੁਕਸਾਨ ਹੁੰਦੇ ਨੇ। ਗੱਲਬਾਤ ਕਰ ਲੈਂਦੇ ਹਾਂ NGO ਦੇ ਪ੍ਰਧਾਨ ਸਾਡੇ ਨਾਲ ਸ਼ਿਵ ਕੁਮਾਰ ਸ਼ਿਵਲੀ ਮੌਜੂਦ ਨੇ। ਸਰ, ਅਕਸਰ ਤੁਸੀਂ ਲਗਾਤਾਰ ਅਜਿਹੇ ਕੈਂਪ ਲਗਾਉਂਦੇ ਰਹਿੰਦੇ ਹੋ, ਅੱਜ ਵੀ ਤੁਸੀਂ ਜਿਹੜਾ ਕੈਂਪ ਲਗਾਇਆ ਹੈ ਨਸ਼ਿਆਂ ਨੂੰ ਲੈ ਕੇ, ਅੰਤਰਰਾਸ਼ਟਰੀ ਨਸ਼ਾ ਦਿਵਸ ਵੀ ਹੈ, ਕੀ ਕਹੋ? ਅਸੀਂ ਅੱਜ ਪਹਿਲਾਂ ਤਾਂ ਸਵੇਰੇ 6 ਵਜੇ ਮਾਨਯੋਗ SSP ਸ਼੍ਰੀਮਤੀ ਅਵਨੀਤ ਕੌਂਡਲ ਜੀ ਵੱਲੋਂ ਇੱਕ ਮੈਰਾਥਨ ਦੌੜ ਕਰਵਾਈ ਗਈ 7 ਕਿਲੋਮੀਟਰ ਦੀ, ਉਹਦੇ ਵਿੱਚ NGO ਨੇ ਭਾਗ ਲਿਆ। ਉਹ ਤੋਂ ਬਾਅਦ ਮਾਛੀਵਾੜੇ ਨਿਊ ਐਰਾ ਇੰਸਟੀਚਿਊਟ ਦੇ ਵਿੱਚ ਅਸੀਂ ਇੱਕ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਾਇਆ, ਜਿਸ ਦੇ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਅਤੇ ਸਾਂਝ ਕੇਂਦਰ ਵੱਲੋਂ ਅਤੇ ਰਾਵੀ ਕੌਂਸਲਰ ਸਮਰਾਲੇ ਉਹਨਾਂ ਵੱਲੋਂ ਬੱਚਿਆਂ ਨੂੰ ਅਵੇਅਰ ਕੀਤਾ ਗਿਆ ਵੀ ਨਸ਼ੇ ਤੋਂ ਬਚਿਆ ਜਾਵੇ। ਮੈਂ ਬੇਨਤੀ ਕਰਦਾ ਨੌਜਵਾਨਾਂ ਨੂੰ, ਅੱਜ ਤੁਸੀਂ ਹਾਲਾਤ ਦੇਖੋ ਵੀ ਨੌਜਵਾਨ ਨਸ਼ੇ ਦੇ ਵਿੱਚ ਇੰਨੇ ਗਲਤਾਨ ਹੋ ਚੁੱਕੇ ਆ, ਪਰਿਵਾਰ ਉੱਜੜ ਰਹੇ ਨੇ, ਕਈਆਂ ਦੇ ਵਿੱਚ ਤਾਂ ਕਈ ਪਰਿਵਾਰ ਇਹੋ ਜਿਹੇ ਆ ਜਿਨ੍ਹਾਂ ਦੇ ਕੋਈ ਬੱਚਾ ਰਿਹਾ ਹੀ ਨਹੀਂ, ਨਸ਼ੇ ਨਾਲ ਖਤਮ ਹੋ ਗਏ, ਮਾਂ ਬਾਪ ਰੁੜਦੇ ਫਿਰਦੇ ਨੇ। ਸਭ ਤੋਂ ਬੜੀ ਗੱਲ ਤਾਂ ਵੀ ਨਸ਼ਾ ਵੇਚਣ ਵਾਲਿਆਂ ਦੇ, ਨਸ਼ਾ ਵੇਚਣ ਵਾਲਿਆਂ ਨੇ ਇਹ ਨਹੀਂ ਸੋਚਣਾ, ਇਹ ਨਹੀਂ ਸੋਚ ਰਿਹਾ ਵੀ ਬੱਚਿਆਂ ਦਾ ਨੁਕਸਾਨ ਹੋ ਰਿਹਾ, ਉਹ ਪੈਸੇ ਮੈਂ ਰੁਪਏ। ਮੈਂ ਉਹਨਾਂ ਨੂੰ ਕਹੂੰਗਾ ਵੀ ਇਹ ਤੁਹਾਡੇ ਕੋਲ ਵੀ ਕੁਛ ਨਹੀਂ ਲੈਣਾ, ਜੇ ਤੁਸੀਂ ਕਿਸੇ ਦਾ ਘਰ ਉਜਾੜਦੇ ਹੋ ਤੁਹਾਡਾ ਵੀ ਉਜੜਨਾ, ਤੁਹਾਡੇ ਘਰ ਕਿਸੇ ਨੇ ਅਫਸੋਸ ਕਰਨ ਵੀ ਨਹੀਂ ਆਉਣਾ ਜਿਹੜਾ ਤੁਸੀਂ ਲੋਕਾਂ ਨਾਲ ਕਰ ਰਹੇ ਹੋ। ਤੁਸੀਂ ਹਾਲਾਤ ਦੇਖੋ ਕਿਹੋ ਜਿਹੇ ਬਣੇ ਹੋਏ ਨੇ, ਨੌਜਵਾਨ ਖਤਮ ਹੋ ਰਹੇ ਨੇ। ਅਤੇ ਮੈਂ ਤਾਂ ਇਹ ਬੇਨਤੀ ਕਰਦਾ ਵੀ ਜਿੰਨੇ ਵੀ ਨੌਜਵਾਨ ਨਸ਼ੇ ਦੇ ਵਿੱਚ ਹੈਗੇ ਨੇ, ਇਲਾਕੇ ਦੇ ਵਿੱਚ ਜਿੱਥੇ ਵੀ ਹੈਗੇ ਨੇ, ਉਹ ਤੁਸੀਂ ਸਾਡੇ ਨਾਲ ਕੰਟੈਕਟ ਕਰੋ, ਪੁਲਿਸ ਨਾਲ ਕੰਟੈਕਟ ਕਰੋ, ਸਾਡੇ ਕੋਲ ਸਿਵਲ ਹਸਪਤਾਲ ਸਮਰਾਲੇ ਦੇ ਵਿੱਚ ਨਵਜੀਵਨ ਕੇਂਦਰ ਖੋਲ੍ਹਿਆ ਹੋਇਆ, ਜਿਹਦੇ ਵਿੱਚ ਜਿਹੜਾ ਬੱਚਾ ਕੋਈ ਨਸ਼ਾ ਕਰਦਾ ਅਸੀਂ ਉਹਨੂੰ ਉੱਥੇ ਰੱਖਦੇ ਹਾਂ, ਉੱਥੇ ਰੱਖ ਕੇ ਉਹਦਾ ਫ੍ਰੀ ਇਲਾਜ ਕਰਦੇ ਹਾਂ, ਉਹਨੂੰ ਦੁੱਧ ਫਰੂਟ ਰੋਟੀ ਰਿਹਾਇਸ਼ ਸਭ ਕੁਝ ਫ੍ਰੀ ਆ, ਕਾਉਂਸਲਿੰਗ 3 ਟਾਈਮ ਹੁੰਦੀ ਆ। ਅਤੇ ਬਸ ਇਹ ਬੇਨਤੀ ਹੈ ਵੀ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਗੁਆਂਢ ਦੇ ਵਿੱਚ ਜਿਹੜਾ ਕੋਈ ਹੈਗਾ, ਇਹ ਨਹੀਂ ਸਮਝਣਾ ਵੀ ਅਸੀਂ ਕੀ ਲੈਣਾ, ਨਾ
ਜੇ ਗੁਆਂਢੀ ਦੇ ਘਰ ਅੱਗ ਲੱਗੀ ਆ ਉਹਦਾ ਸੇਕ ਤੁਹਾਡੇ ਘਰ ਹੀ ਪਹੁੰਚਣਾ। ਇਸ ਲਈ ਤੁਸੀਂ ਵੱਧ ਤੋਂ ਵੱਧ ਇਹ ਇਲਾਕੇ 'ਚ ਇਹ ਫੈਲਾਓ ਵੀ ਜਿੰਨੇ ਵੀ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਆਪਾਂ ਸਰਕਾਰੀ ਹਸਪਤਾਲ ਲੈ ਗਏ ਅਤੇ ਉਹਨਾਂ ਦਾ ਇਲਾਜ ਕਰਾਈਏ ਅਤੇ ਉਹਨਾਂ ਨੂੰ ਨਵਾਂ ਜੀਵਨ ਪ੍ਰਦਾਨ ਕਰੀਏ। ਤੁਹਾਡੀ NGO ਦੇ ਵੱਲੋਂ ਅਜਿਹੇ ਹੋਰ ਵੀ ਕੈਂਪ ਲਗਾਏ ਜਾਂਦੇ ਨੇ ਜਾਂ ਸਿਰਫ ਅੰਤਰ ਜਿਵੇਂ ਅੱਜ ਨਸ਼ਾ ਦਿਵਸ ਸੀਗਾ, ਨਸ਼ਾ ਵਿਰੋਧੀ ਦਿਵਸ ਸੀ, ਉਸ ਨੂੰ ਲੈ ਕੇ ਲਗਾਇਆ ਗਿਆ ਜਾਂ ਅੱਗੇ ਪਿੱਛੇ ਹੋਰ ਵੀ ਅਜਿਹੇ ਕੈਂਪ ਆਯੋਜਿਤ ਕੀਤੇ ਜਾਂਦੇ ਨੇ? ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੋਸਾਇਟੀ NGO ਵੱਲੋਂ ਤਕਰੀਬਨ ਇੱਕ ਸਾਡਾ ਅਵੇਅਰਨੈਸ ਕੈਂਪ ਤਾਂ ਤਕਰੀਬਨ ਰੋਜ਼ ਹੁੰਦਾ। ਅਸੀਂ ਮਹੀਨੇ ਦੇ 2 ਜਾਂ 3 ਬਲੱਡ ਕੈਂਪ ਲਾਉਂਦੇ ਹਾਂ, ਇੱਕ ਅੱਖਾਂ ਦਾ ਕੈਂਪ ਲਾਉਂਦੇ ਹਾਂ, ਡਰੱਗਸ ਦੇ ਲਈ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ, ਪੰਚਾਇਤਾਂ ਇਕੱਠੀਆਂ ਕਰਦੇ ਹਾਂ, ਪੁਲਿਸ ਸਾਂਝ ਕੇਂਦਰ ਨੂੰ ਨਾਲ ਲੈ ਕੇ ਅਤੇ ਅਵੇਅਰ ਕਰਦੇ ਹਾਂ ਬੱਚਿਆਂ ਨੂੰ। ਟ੍ਰੈਫਿਕ ਦੇ ਸਕੂਲਾਂ ਦੇ ਵਿੱਚ ਜਾਂਦੇ ਹਾਂ ਅਸੀਂ, ਜੇ ਫਾਸਟ ਫੂਡ 'ਤੇ ਜਾਂਦੇ ਹਾਂ, ਫਾਸਟ ਫੂਡ ਦੀਆਂ ਅਸੀਂ ਲੈਕਚਰ ਕਰਾਉਂਦੇ ਹਾਂ, ਸਾਡੇ ਕੋਲ ਫਾਸਟ ਫੂਡ ਵਾਲੇ ਵੀ ਹੈਗੇ ਨੇ। ਅਤੇ ਅਸੀਂ ਜਾਣੀ ਕਿ ਇਹ ਲਾ ਕੇ ਚੱਲੀਏ ਵੀ ਆਪਾਂ ਹਰ ਉਹ ਅਵੇਅਰਨੈਸ ਕਰਦੇ ਹਾਂ ਜਿਹਦੀ ਅੱਜ ਜ਼ਰੂਰਤ ਆ। ਸਰ, ਅੱਜ ਇੰਸਟੀਟਿਊਟ ਦੇ ਵਿੱਚ ਤੁਹਾਡੇ ਵੱਲੋਂ ਤੁਸੀਂ ਵੀ ਨਾਲ ਸੀਗੇ ਟ੍ਰੈਫਿਕ ਇੰਚਾਰਜ ਵੀ ਅਤੇ ਨਾਲ ਸਾਂਝ ਕੇਂਦਰ ਦੇ ਇੰਚਾਰਜ ਵੀ ਸੀਗੇ ਅਤੇ NGO ਟੀਮ ਨੇ ਰਲ ਕੇ ਇੱਕ ਨਸ਼ਿਆਂ ਨੂੰ ਲੈ ਕੇ ਅੱਜ ਜੇ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਨਸ਼ਾ ਵਿਰੋਧ ਦਿਵਸ ਦਿਨ ਵੀ ਹੈਗਾ ਹੈ ਜਿਸ ਨੂੰ ਮਨਾਉਣਾ ਪੈਂਦਾ ਹੈ, ਉਹਦੇ ਰਿਕਾਰਡਿੰਗ ਤੁਸੀਂ ਅੱਜ ਕੈਂਪ ਲਗਾਇਆ ਸੀ, ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਕੀ? ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਕਿ ਅੱਜ 26 ਜੂਨ ਇੰਟਰਨੈਸ਼ਨਲ ਡਰੱਗ ਅਬਿਊਜ਼ ਡੇ ਹੈ, ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਮੁਤਾਬਕ ਅਤੇ ਮਾਣਯੋਗ CM ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅਸੀਂ ਆਮ ਪਬਲਿਕ ਨੂੰ ਅਤੇ ਬੱਚਿਆਂ ਨੂੰ ਇਹੀ ਅਵੇਅਰ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਨਸ਼ਿਆਂ ਤੋਂ ਦੂਰ ਰਹੋ, ਆਪ ਦੂਰ ਰਹੋ ਅਤੇ ਨਾਲ ਦੀ ਨਾਲ ਸਮਾਜ ਦੇ ਵਿੱਚ ਹੋਰ ਵਿਅਕਤੀਆਂ ਨੂੰ ਵੀ ਦੂਰ ਰਹਿਣ ਲਈ ਪ੍ਰੇਰਿਤ ਕਰੋ। ਜੇਕਰ ਬੱਚਾ ਆਪ ਨਸ਼ੇ ਤੋਂ ਦੂਰ ਹੋਊਗਾ ਜਾਂ ਤਾਂ ਹੀ ਉਹ ਬੱਚੇ ਤੋਂ ਆਪਣੇ ਪੇਰੈਂਟਸ ਨੂੰ ਜਾਂ ਕਿਸੇ ਹੋਰ ਨੂੰ ਦੂਰ ਰਹਿਣ ਲਈ ਪ੍ਰੇਰਿਤ ਕਰ ਸਕਦਾ। ਇਸ ਲਈ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਜ਼ਿਆਦਾ ਜ਼ੋਰ ਨਸ਼ੇ 'ਤੇ ਦਿੱਤਾ ਹੈ ਅਤੇ ਬੱਚਿਆਂ ਨੂੰ ਹਦਾਇਤ ਕੀਤੀ ਹੈ ਕਿ ਆਉਣ ਵਾਲਾ ਭਵਿੱਖ ਉਹਨਾਂ ਦਾ ਤਾਂ ਹੀ ਉਜਵਲ ਹੋ ਸਕਦਾ ਜੇਕਰ ਉਹ ਨਸ਼ੇ ਤੋਂ ਦੂਰ ਰਹਿਣਗੇ। ਜੇ ਅੱਜ ਸਮੁੱਚੇ ਆਪਾਂ ਪੰਜਾਬ ਦੀ ਨਹੀਂ, ਇਹ ਪੂਰੇ ਵਰਲਡ ਵਾਈਡ ਪ੍ਰੋਬਲਮ ਹੈ। ਜੇ ਅੱਜ ਆਪਾਂ ਇੰਟਰਨੈਸ਼ਨਲ ਐਂਟੀ ਡਰੱਗ ਡੇ ਮਨਾ ਰਹੇ ਹਾਂ ਤਾਂ ਇਸਦਾ ਮਤਲਬ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਸਾਡਾ ਨੌਜਵਾਨ ਹੈ ਜਾਂ ਸਾਡੇ ਇੱਕ, ਮੈਂ ਤਾਂ ਕਹਾਂਗਾ ਹਿਊਮਨ ਬੀਂਗ, ਨਸ਼ੇ ਦੇ ਦਲਦਲ 'ਚ ਧੱਸ ਰਿਹਾ। ਮੈਂ ਪਹਿਲਾਂ ਲੈਕਚਰ ਦੌਰਾਨ ਵੀ ਇਹ ਗੱਲ ਕਹੀ ਸੀ ਕਿ ਇੱਕ ਮਨੁੱਖ ਤੋਂ ਇਲਾਵਾ ਹੋਰ ਕੋਈ ਵੀ ਪ੍ਰਾਣੀ ਨਹੀਂ ਦੁਨੀਆ 'ਤੇ ਜਿਹੜਾ ਨਸ਼ਾ ਕਰਦਾ ਹੋਵੇ, ਸਿਰਫ ਇੱਕ ਮਨੁੱਖ ਹੀ ਹੈ। ਔਰ ਜੇ ਅੱਜ ਅਸੀਂ ਇਹ ਦਿਨ ਮਨਾ ਰਹੇ ਹਾਂ ਤਾਂ ਅਸੀਂ ਇਸ ਨੂੰ ਪੰਜਾਬ ਤੱਕ ਸੀਮਤ ਨਹੀਂ ਰੱਖ ਸਕਦੇ, ਪੂਰੇ ਵਰਲਡ ਵਾਈਡ ਪ੍ਰੋਬਲਮ ਹੈ। ਔਰ ਅੱਜ ਇੱਥੇ ਕੈਂਪ ਲਾਉਣ ਦਾ ਮਕਸਦ ਇਹੀ ਸੀ ਕਿ ਇੱਕ ਨਸ਼ੇ ਵਿੱਚ ਗਲਤਾਨ ਹੋ ਚੁੱਕੇ ਬੱਚੇ ਨੂੰ ਅਸੀਂ ਕਿਵੇਂ ਮੋਰਲ ਸਪੋਰਟ ਦੇ ਸਕਦੇ ਹਾਂ, ਉਸਨੂੰ ਕਿਵੇਂ ਮੁੱਖ ਧਾਰਾ ਦੇ ਵਿੱਚ ਲਿਆ ਸਕਦੇ ਹਾਂ, ਉਸਨੂੰ ਨਫ਼ਰਤ ਕਰਕੇ ਨਹੀਂ ਸਗੋਂ ਉਸਦੀ ਕਾਉਂਸਲਿੰਗ ਕਰਕੇ ਪਿਆਰ ਨਾਲ ਟ੍ਰੀਟਮੈਂਟ ਕਰਕੇ ਲਿਆ ਸਕਦੇ। ਔਰ ਦੂਸਰੀ ਗੱਲ ਇਹ ਕਿ ਇਸ ਦੇ ਮਾੜੇ ਪ੍ਰਭਾਵਾਂ ਨੂੰ ਦੱਸ ਕੇ ਜਿਹੜਾ ਸਾਡਾ ਅੱਜ ਦਾ ਨੌਜਵਾਨ ਹੈ ਜਿਹੜਾ ਅਜੇ ਨਸ਼ੇ ਤੋਂ ਬਹੁਤ ਦੂਰ ਹੈ ਤਾਂ ਉਹ ਕਦੇ ਇਸ ਪਾਸੇ ਜਾਵੇ ਵੀ ਨਾ। ਤਾਂ ਮੇਨ ਮਕਸਦ ਇਹ ਸੀ ਕਿ ਜਿਹੜੇ ਹੋ ਚੁੱਕੇ ਨੇ ਤਾਂ ਉਹਨਾਂ ਨੂੰ ਕਿਵੇਂ ਵਾਪਸ ਲਿਆਂਦਾ ਜਾਵੇ, ਔਰ ਇੱਥੇ ਜਿੰਨੇ ਵੀ ਸਾਡੇ ਬੱਚੇ ਸੀ ਅਸੀਂ ਉਹਨਾਂ ਨੂੰ ਇਹ ਪ੍ਰਣ ਵੀ ਦਵਾਇਆ ਹੈ ਕਿ ਕਦੇ ਆਪ ਨਸ਼ਾ ਨਹੀਂ ਕਰਨਾ। ਔਰ ਜੇਕਰ ਕੋਈ ਨਸ਼ੇ ਵਾਲਾ ਕੋਈ ਲੱਗਦਾ ਹੈ, ਕੋਈ ਭੈਣ ਭਰਾ ਗੁਆਂਢੀ ਸਾਡਾ ਉਹਦੇ ਵਿੱਚ ਗਲਤਾਨ ਹੋ ਚੁੱਕਿਆ, ਤਾਂ ਉਹਨੂੰ ਮੁੱਖ ਧਾਰਾ ਦੇ ਵਿੱਚ ਪਿਆਰ ਨਾਲ ਕਾਉਂਸਲਿੰਗ ਕਰਕੇ ਕਿਵੇਂ ਲਿਆਇਆ ਜਾ ਸਕਦਾ ਹੈ। ਤਾਂ ਇਹ ਅੱਜ ਦਾ ਜੋ ਇਸ ਕੈਂਪ ਦਾ ਜਾਂ ਮੇਰੇ ਖਿਆਲ 'ਚ ਸਾਰਥਕ ਹੋਏਗਾ ਸਾਡਾ ਐਂਟੀ ਡਰੱਗ ਡੇ, ਜੇਕਰ ਇਹੋ ਜਿਹਾ ਸੰਦੇਸ਼ ਪੂਰੇ ਵਰਲਡ ਦੇ ਵਿੱਚ ਜਾਵੇ। ਤਾਂ ਬਿਲਕੁਲ ਜੀ, NGO ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਵੱਲੋਂ ਸਾਂਝ ਕੇਂਦਰ ਅਤੇ ਟ੍ਰੈਫਿਕ ਇੰਚਾਰਜ ਉਹਨਾਂ ਦੇ ਨਾਲ ਰਲ ਕੇ ਇੱਕ ਕੈਂਪ ਦਾ ਆਯੋਜਿਤ ਕੀਤਾ ਗਿਆ ਸੀਗਾ ਤਾਂ ਕਿ ਲੋਕ ਜਿਹੜੇ ਨੇ ਅੱਜ ਕੱਲ੍ਹ ਦੇ ਨੌਜਵਾਨ ਨੇ ਉਹ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲ ਸਕਣ, ਅਤੇ ਜਿਹੜੀ ਉਹਨਾਂ ਦੀ ਉਮਰ ਹੈ ਇਹ ਉਮਰ ਦੇ ਵਿੱਚ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਜਾਂਦੇ ਨੇ, ਸੰਗਤ ਮਾੜੀ ਮਿਲ ਜਾਂਦੀ ਹੈ, ਇੱਕ ਦੂਸਰੇ ਨੂੰ ਦੇਖ ਕੇ ਨਸ਼ੇ ਕਰਨ ਲੱਗ ਜਾਂਦੇ ਨੇ, ਤਾਂ ਕਿ ਉਹ ਨਸ਼ੇ ਤੋਂ ਬਚ ਸਕਣ ਉਸ ਦੇ ਲਈ ਜਾਗਰੂਕ ਕੀਤਾ ਗਿਆ। ਉਹਨਾਂ ਨੇ ਅਪੀਲ ਕੀਤੀ ਹੈ ਕਿ ਨਸ਼ੇ ਦੀ ਦਲਦਲ ਦੇ ਵਿੱਚ ਖਾਸ ਕਰਕੇ ਨੌਜਵਾਨ ਨਾ ਫਸਣ। ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬ। ਨਿਡਰ ਹਾਂ, ਨਿਰਪੱਖ ਰਹਾਂ, ਆਜ਼ਾਦ ਹਾਂ, ਸੱਚ ਕਹਾਂ, ਗੱਲ ਕਰਾਂਗੇ ਸਿਆਸੀ ਹਵਾ ਦੀ।
ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੁੱਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।